ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 38 2020 ਐਡੀਸ਼ਨ ਲੈਸਨ 17 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਵਿੱਚ ਅਸੀਂ ਮਾਤਾ ਦੇ ਰਿਲੇਸ਼ਨਸ ਬਾਰੇ ਪੜਾਂਗੇ ਤੁਹਾਡਾ ਨਾਨਕਾ ਪਰਿਵਾਰ ਪਿਛਲੇ ਪਾਠ ਵਿੱਚ ਅਸੀਂ ਦਾਦ ਦਾ ਪਰਿਵਾਰ ਪੜਿਆ ਸੀ ਤੁਹਾਡੇ ਡੈਡੀ ਦਾ ਪਰਿਵਾਰ ਠੀਕ ਹੈ ਤੇ ਯੂ ਵਿਲ ਨੋਟਿਸ ਕਿ ਮਾਮਾ ਮੰਮੀ ਦੇ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਨਾਮ ਥੋੜੇ ਸੌਖੇ ਨੇ ਉਮ ਪਪਾ ਦੇ ਰਿਸ਼ਤੇਦਾਰਾਂ ਦੇ ਨਾ ਥੋੜੇ ਔਖੇ ਹੁੰਦੇ ਨੇ ਉਹਦੇ ਵਿੱਚ ਜ਼ਿਆਦਾ ਰਿਸ਼ਤੇ ਹੁੰਦੇ ਨੇ ਅ ਪਰ ਮਾਂ ਦੇ ਪਰਿਵਾਰ ਦੇ ਵਿੱਚ ਥੋੜਾ ਸੌਖਾ ਹੋਏਗਾ ਠੀਕ ਹੈ ਸੋ ਅਸੀਂ ਇਹ ਛੋਟਾ ਜਿਹਾ ਪੈਸੇਜ ਪੜਾਂਗੇ ਇਹਦੇ ਵਿੱਚ ਸਿਰਫ 107 ਸ਼ਬਦ ਹੈ ਜੇ ਤੁਸੀਂ 30 ਸ਼ਬਦ 40 ਸ਼ਬਦ ਪਰ ਮਿੰਟ ਪੜ੍ਹਦੇ ਹੋ ਤੇ ਯੂ ਸ਼ੁਡ ਓਨਲੀ ਟੇਕ 3 ਮਿੰਟਸ ਟੂ ਰੀਡ ਥਿਸ ਠੀਕ ਹੈ ਸੋ ਲਿਸਨ ਟੂ ਮੀ ਐਂਡ ਦੈਨ ਆਫਟਰ ਵੀ ਫਿਨਿਸ਼ ði ਵੀਡੀਓ ਯੂ ਕੈਨ ਰੀਡ ਇਟ ਅਗੇਨ ਯੂਰਸੈlf ਪਿਛਲੇ ਪਾਠ ਵਿੱਚ ਅਸੀਂ ਪਿਤਾ ਜੀ ਦੇ ਰਿਸ਼ਤੇ ਆ ਬਾਰੇ ਪੜਿਆ ਸੀ ਰਿਸ਼ਤੇ ਮੀਨਸ ਰਿਲੇਸ਼ਨਸ ਇਸ ਪਾਠ ਵਿੱਚ ਅਸੀਂ ਮਾਤਾ ਜੀ ਦੇ ਰਿਸ਼ਤੇ ਆ ਬਾਰੇ ਪੜਾਂਗੇ ਪਿਤਾ ਜੀ ਫਾਦਰ ਮਾਤਾ ਜੀ ਮਦਰ ਪੰਜਾਬੀ ਵਿੱਚ ਮੰਮੀ ਨੂੰ ਮਾਤਾ ਜੀ ਕਹਿੰਦੇ ਹਨ ਮਾਤਾ ਜੀ ਦੇ ਮਾਤਾ ਜੀ ਨੂੰ ਨਾਨੀ ਜੀ ਕਹਿੰਦੇ ਹਨ ਮਾਤਾ ਜੀ ਦੇ ਪਿਤਾ ਜੀ ਨੂੰ ਨਾਨਾ ਜੀ ਕਹਿੰਦੇ ਹਨ ਮਾਤਾ ਜੀ ਦੇ ਵੱਡੇ ਜਾਂ ਛੋਟੇ ਭਰਾ ਨੂੰ ਮਾਮਾ ਜੀ ਕਹਿੰਦੇ ਹਨ ਰਿਮੈਂਬਰ ਇਨ ਫਾਦਰ ਸਾਈਡ ਦਾ ਐਲ্ডার ਬ੍ਰਦਰ ਵੱਡਾ ਬ੍ਰਦਰ ਇਸ ਤਾਇਆ ਜੀ ਐਂਡ ਛੋਟਾ ਬ੍ਰਦਰ ਇਸ ਚਾਚਾ ਜੀ ਬਟ ਫॉर ਮਾਮਾ ਮੰਮੀ ਯੂ ਓਨਲੀ ਸੇ ਮਾਮਾ ਜੀ ਮਾਤਾ ਜੀ ਦੀ ਭੈਣ ਨੂੰ ਮਾਸੀ ਜੀ ਕਹਿੰਦੇ ਹਨ ਮਾਮਾ ਜੀ ਦੀ ਪਤਨੀ ਨੂੰ ਮੰਮੀ ਜੀ ਕਹਿੰਦੇ ਹਨ ਮਾਸੀ ਜੀ ਦੇ ਪਤੀ ਨੂੰ ਮਾਸੜ ਜੀ ਕਹਿੰਦੇ ਹਨ ਮਾਸੀ ਜੀ ਅਤੇ ਮਾਮਾ ਜੀ ਦੇ ਬੱਚੇ ਤੁਹਾਡੇ ਕਜ਼ਨ ਹਨ ਤੁਸੀਂ ਰਿਮੈਂਬਰ ਸੀ ਸਿੱਖਿਆ ਸੀ ਚਚੇਰਾ ਭਰਾ ਤੇ ਪੁਪੇਰਾ ਭਰਾ ਤੁਸੀਂ ਗੈਸ ਕਰ ਦਿਓ ਮੇਰੀ ਅਮ ਮਸੀਰੀ ਭੈਣ ਜਾਂ ਮਸੀਰਾ ਭਰਾ ਤੇ ਮੇਰਾ ਮਮੇਰੀ ਭੈਣ ਜਾਂ ਮਮੇਰਾ ਭਰਾ ਠੀਕ ਹੈ ਮਾਤਾ ਜੀ ਦੇ ਪਰਿਵਾਰ ਨੂੰ ਨਾਨਕਾ ਪਰਿਵਾਰ ਕਹਿੰਦੇ ਹਨ ਠੀਕ ਹੈ ਸੋ ਦੈਟਸ ਆਲ ਯੂ ਹੈਵ ਟੂ ਰੀਡ ਐਂਡ ਦੈਟ ਗਿਵਸ ਯੂ ਅ ਲੋਟ ਆਫ ਇਨਫਰਮੇਸ਼ਨ ਅਬਾਊਟ ਮੰਮੀਸ ਪਰਿਵਾਰ ਤੁਹਾਡਾ ਨਾਂ ਕੀ ਹੈ ਤੁਸੀਂ ਇੱਥੇ ਆਪਣਾ ਨਾਂ ਲਿਖੋਗੇ ਤੁਹਾਡੇ ਮਾਤਾ ਜੀ ਦਾ ਨਾਂ ਕੀ ਹੈ ਇੱਥੇ ਮੰਮੀ ਦਾ ਨਾਂ ਪੰਜਾਬੀ ਚ ਲਿਖੋਗੇ ਤੁਹਾਡੇ ਪਿਤਾ ਜੀ ਦਾ ਨਾਂ ਕੀ ਹੈ ਠੀਕ ਹੈ ਤੁਸੀਂ ਇੱਥੇ ਲਿਖੋਗੇ ਸੋ ਇਨ ધ ਪ੍ਰੀਵੀਅਸ ਲੈਸਨ ਯੂ ਲਰਨਡ ਅਬਾਊਟ ਥੀਸ ਰਿਲੇਸ਼ਨ ਨੇਮਸ ਚਾਚਾਸ ਚਿਲड्रन ਚਚੇਰਾ ਭਰਾ ਚਚੇਰੀ ਭੈਣ bus children papera pra paperi pan, similarly on mother side this is how you say in punjabi masis children masera pra maseri pen. the mamas children Mamira pra mameri pen. i already taught you this now this one is not too hard so this one's like a family tree theek so eh mummy ma, ya ji eh, onna devi, mummy eh, the daddy theek hai nana ji nani ji. ਤੇ ਐ ਮਸੀ ਜੀ ਮਾਸੜ ਜੀ ਐ ਉਹਨਾਂ ਦੇ ਬੱਚੇ ਤੁਹਾਡੇ ਕਜ਼ਨ ਠੀਕ ਹੈ ਤੇ ਐ ਮਾਮਾ ਜੀ ਐ ਮਾਮੀ ਜੀ ਨਾ ਮਾਮਾ ਜੀ ਵੱਡੇ ਵੀ ਹੋ ਸਕਦੇ ਨੇ ਤੇ ਉਹਨਾਂ ਤੋਂ ਛੋਟੇ ਵੀ ਹੋ ਸਕਦੇ ਨੇ ਠੀਕ ਹੈ ਤੇ ਐ ਤੁਹਾਡੇ ਕਜ਼ਨ ਮਮੀਰਾਪਰਾ ਠੀਕ ਹੈ ਮੰਡੇ ਹੋਮਵਰਕ ਸਟਾਰਟ ਦੀ ਟਾਈਮਰ ਰੀਡ ਪੇਜ 53 ਹਮ ਐਨੀ ਮਿੰਟਸ ਟੂ ਟੇਕ ਰਿਮੈਂਬਰ ਯੂ ਵਿਲ ਟੇਕ 2 ਟੂ 3 ਮਿੰਟਸ ਟੂ ਰੀਡ ਥੈਨ ਟਿਊਸਡੇ ਹੋਮਵਰਕ ਤੁਸੀਂ ਫੈਮਿਲੀ 3 ਟਰੀ ਕੰਪਲੀਟ ਕਰੋਗੇ ਤੇ ਐ ਤੁਸੀਂ ਡਾਇਰੈਕਸ਼ਨਸ ਪੜੋਗੇ ਤੁਸੀਂ ਇੱਥੇ ਲਿਖੋਗੇ ਨਾਨੀ ਜੀ ਦਾ ਨਾਮ ਕੀ ਹੈ ਨਾਨਾ ਜੀ ਦਾ ਨਾਮ ਕੀ ਹੈ ਦਾਦਾ ਜੀ ਦਾਦੀ ਜੀ ਤੁਸੀਂ ਆਪਣੇ ਮੰਮੀ ਡੈਡੀ ਕੋਲੋਂ ਪੁੱਛ ਕੇ ਇਹ ਨਾਮ ਲਿਖ ਸਕਦੇ ਹੋ ਤੁਹਾਡੇ ਮਾਮਾ ਜੀ ਹੈਗੇ ਆ ਤੇ ਮਾਮਾ ਜੀ ਦਾ ਨਾਮ ਕੀ ਹੈ ਮਾਸੀ ਜੀ ਦਾ ਨਾਮ ਕੀ ਹੈ ਮਾਤਾ ਜੀ ਪਿਤਾ ਜੀ ਚਾਚਾ ਜੀ ਤੇ ਪੂਆ ਜੀ ਠੀਕ ਹੈ ਤੇ ਮਾ ਮਾਤਾ ਜੀ ਪਿਤਾ ਜੀ will be your mummy daddy ਠੀਕ ਹੈ ਤੇ ਤੁਸੀਂ ਤੁਹਾਡਾ ਨਾਮ ਐਂ ਥੱਲੇ ਤੁਸੀਂ ਲਿਖੋਗੇ ਤੁਹਾਡੇ ਸਾਰੇ ਕਜ਼ਨਸ ਦੇ ਨਾਮ ਜੇ ਤੁਹਾਨੂੰ ਹੋਰ ਰਿਸ਼ਤੇਦਾਰ ਹੈਗੇ ਆ ਤੁਹਾਡੇ ਲੈਟਸ ਸੇ ਯੂ ਹੈਵ 2 ਮਾਮਾ ਜੀ অর 3 ਮਾਮਾ ਜੀ অর 4 ਮਾਸੀ ਜੀ ਉਹਨਾਂ ਦੇ ਨਾਮ ਤੁਸੀਂ ਇੱਥੇ ਲਿਖੋਗੇ ਠੀਕ ਹੈ and then wednesday you can have fun all of these uh, names they should be here and find them circle them this will give you practice in reading and word identification thursday you are going to connect the relations with um, the this description kita mama ji and I added the word Han at the end. And that is our lesson for today. And it's really easy, not hard. You're becoming so good. So I will see you in the next lesson very soon. Until then, thank you so much.